ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕਫਾਸਟ ਸ਼ੋਅ ਦੇ ਇਸ ਸੈਗਮੈਂਟ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਸੋ ਇਸ ਸੈਗਮੈਂਟ ਦੇ ਵਿੱਚ ਅਸੀਂ ਪੂਰੀ ਦੁਨੀਆ ਭਰ ਤੋਂ ਸਿੱਖ ਚੈਨਲ ਦੀ ਪੂਰੀ ਟੀਮ ਦਾ ਇਹੀ ਉਦੇਸ਼ ਹੁੰਦਾ ਕਿ ਕਿਸੇ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ। ਸੋ ਉਹ ਖਾਸ ਸ਼ਖਸੀਅਤ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਹੋਣ, ਉਹਨਾਂ ਨੇ ਚਾਹੇ ਕਿਸੇ ਵੀ ਫੀਲਡ ਵਿੱਚ ਆਪਣਾ ਨਾਂ ਰੋਸ਼ਨ ਕੀਤਾ ਹੋਵੇ, ਸੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਸਿੱਖ ਨੇ ਆਪਣਾ ਨਾਮ ਆਪਣੇ ਇਲਾਕੇ ਦਾ, ਆਪਣੇ ਮਾਤਾ ਪਿਤਾ ਦਾ ਉਸ ਫੀਲਡ ਵਿੱਚ ਨਾਂ ਰੋਸ਼ਨ ਕੀਤਾ ਕਿ ਸਾਡਾ ਜੋ ਸਿਹਰਾ ਫਕਰ ਨਾਲ ਉੱਚਾ ਹੋ ਜਾਂਦਾ। ਸੋ ਅੱਜ ਦੇ ਜੋ ਖਾਸ ਗੈਸਟ ਨੇ ਗੁਰਪ੍ਰੀਤ ਸਿੰਘ ਜੀ, ਪੇਪਰ ਆਰਟਿਸਟ, ਜਿਨ੍ਹਾਂ ਦਾ ਨਾਮ ਜੋ ਹੈ ਗਿਨੀਜ਼ ਬੁੱਕ ਵਰਲਡ ਰਿਕਾਰਡ ਦੇ ਵਿੱਚ ਵੀ ਸ਼ਾਮਿਲ ਹੈ, ਪਲੱਸ ਉਹ ਪੇਪਰ ਦੇ ਨਾਲ ਹੀ ਅਜਿਹੇ ਮਾਡਲ ਉਹਨਾਂ ਨੇ ਤਿਆਰ ਕੀਤੇ ਕਿ ਦੇਖਦਿਆਂ ਸਾਰ ਹੀ ਅੱਖਾਂ ਖੜੀਆਂ ਦੀ ਖੜੀਆਂ ਰਹਿ ਜਾਂਦੀਆਂ, ਅਤੇ ਵਾਕਿਆ ਹੀ ਜੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਸੋ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦਾ। ਸੋ ਗੁਰਪ੍ਰੀਤ ਸਿੰਘ ਜੀ, ਆਪ ਜੀ ਦਾ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਪ੍ਰੀਤ ਸਿੰਘ ਜੀ, ਆਪ ਜੀ ਦਾ ਬ੍ਰੇਕਫਾਸਟ ਸ਼ੋਅ ਦੇ ਇਸ ਸੈਗਮੈਂਟ ਵਿੱਚ ਸਵਾਗਤ ਕਰਦੇ ਹਾਂ, ਅਤੇ ਜੀਆਂ ਨੂੰ ਕਹਿੰਦੇ ਹਾਂ ਪੂਰੀ ਸਿੱਖ ਚੈਨਲ ਦੀ ਟੀਮ ਵੱਲੋਂ ਕਿ ਤੁਸੀਂ ਸਪੈਸ਼ਲ ਉਚੇਚੇ ਤੌਰ 'ਤੇ ਇੰਡੀਆ ਤੋਂ ਆਏ ਅਤੇ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਹੋ, ਸਿੱਖ ਸੰਗਤਾਂ ਦੇ ਨਾਲ ਰੂਬਰੂ ਹੋ ਰਹੇ ਹੋ। ਸੋ ਸਭ ਤੋਂ ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਆਪਣੀ ਬੈਕਗਰਾਊਂਡ ਬਾਰੇ, ਆਪਣੇ ਜੋ ਤੁਹਾਡੇ ਪਿਛੋਕੜ ਆ, ਤੁਸੀਂ ਕਿੱਥੋਂ ਬਿਲੋਂਗ ਕਰਦੇ ਆ, ਅਤੇ ਤੁਹਾਡਾ ਏਰੀਆ ਕਿਹੜਾ, ਅਤੇ ਪਲੱਸ ਤੁਸੀਂ ਇਸ ਲਾਈਨ ਵੱਲ ਕਦੋਂ ਆਏ? ਸਭ ਤੋਂ ਪਹਿਲਾਂ ਜੀ ਆਪ ਜੀ ਨੂੰ ਉਹਦੇ ਬਾਰੇ ਸਾਰਾ ਕੁਝ ਦੱਸੂਗਾ ਡਿਟੇਲ 'ਚ, ਲੇਕਿਨ ਉਸ ਤੋਂ ਵੀ ਪਹਿਲਾਂ ਸਮੁੱਚੀ ਸਿੱਖ ਚੈਨਲ ਜੋ ਟੀਮ ਹੈ ਜੀ, ਬਿਲਕੁਲ ਉਹਨਾਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵੱਲ ਜੋ ਜਿੰਨੀਆਂ ਵੀ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਤਹਿ ਦਿਲੋਂ ਧੰਨਵਾਦੀ ਹਾਂ ਸਿੱਖ ਚੈਨਲ ਟੀਮ ਦਾ, ਜਿਨ੍ਹਾਂ ਨੇ ਦਾਸਰੇ ਨੂੰ, ਇਸ ਨਿਬਾਣੇ ਜਿਹੇ ਆਰਟਿਸਟ ਨੂੰ ਅੱਜ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਾਹਮਣੇ ਰੂਬਰੂ ਕਰਾਉਣ ਦਾ ਮੌਕਾ ਦਿੱਤਾ ਜੀ, ਅਤੇ ਆਪਣੀ ਜੋ ਨਿਮਾਣੀ ਜੀ ਕਲਾ ਜੋ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ੀ ਹੈ ਉਸ ਨਾਲ ਰੂਬਰੂ ਕਰਾਉਣ ਦਾ ਜੋ ਸੁਭਾਗ ਜੋ ਪ੍ਰਾਪਤ ਕਰਵਾਇਆ ਜੀ। ਸੋ ਦਾਸ ਆਪਣੇ ਬਾਰੇ ਦੱਸਣਾ ਚਾਹੇਗਾ ਕਿ ਤਕਰੀਬਨ 15-16 ਸਾਲ ਤੋਂ ਮੈਂ ਇਸ ਪੇਪਰ ਆਰਟ ਦੇ ਨਾਲ ਜੁੜਿਆ ਜੀ, ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਪ੍ਰਸਿੱਧ ਜੋ ਇਮਾਰਤਾਂ ਨੇ ਜਿਹਦੇ ਵਿੱਚ ਦੁਨੀਆਂ ਦੇ 7 ਅਜੂਬੇ ਵੀ ਸ਼ਾਮਿਲ ਨੇ, ਕਿਆ ਬਾਤ ਹੈ ਜੀ, ਇਹ ਵੀ ਮੈਂ ਕਾਗਜ਼ ਦੇ ਨਾਲ ਬਣਾਏ। ਅੱਛਾ ਜੀ। ਅਤੇ ਤਕਰੀਬਨ 16 ਸਾਲ ਤੋਂ ਮੈਂ ਇਹ ਪੇਪਰ ਆਰਟ ਦੇ ਨਾਲ ਜੁੜਿਆ। ਅੱਛਾ ਜੀ। ਅਤੇ ਇੱਕ ਕਰਕੇ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਦਾ ਇੱਕ ਮਾਡਲ ਤਿਆਰ ਕੀਤਾ ਜਿਹਦੇ ਵਿੱਚ ਅਸੀਂ ਰਹਿੰਦੇ ਸੀ ਅੱਜ ਤੋਂ 16 ਸਾਲ ਪਹਿਲਾਂ। ਵਾਹ ਜੀ ਵਾਹ। ਉਹਨੂੰ ਆਪਣੇ ਪਰਿਵਾਰ ਵੱਲੋਂ, ਆਪਣੇ ਸੱਜਣਾ ਮਿੱਤਰਾਂ ਵੱਲੋਂ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਜਦੋਂ ਮਿਲਿਆ ਅਤੇ ਇੱਕ ਅੰਦਰ ਇੱਕ ਇਹ ਜਾਗਿਆ ਕਿ ਹਾਂ, ਇੱਕ ਮਨ ਦੇ ਵਿੱਚ ਨਾ ਉਤਸ਼ਾਹ ਪੈਦਾ ਹੋਇਆ ਕਿ ਹਾਂ ਅਸੀਂ ਵੀ ਕੁਛ ਕਰੀਏ ਇਹੋ ਜਿਹਾ ਕਿ ਜਿਹਦੇ ਨਾਲ ਆਪਣੇ ਪਰਿਵਾਰ ਦਾ, ਆਪਣੀ ਕੌਮ ਦਾ ਨਾਮ ਰੋਸ਼ਨ ਕਰ ਸਕੀਏ ਜੀ। ਸੋ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ ਕਿ ਕਿਉਂ ਨਾ 7 ਅਜੂਬੇ ਬਣਾਏ ਜਾਣ। ਕਿਆ ਬਾਤ ਹੈ। ਅਤੇ ਉਸ ਪਾਸੇ ਮੈਂ ਤੁਰਿਆ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇਹ ਸ਼ੁਰੂਆਤ ਹੋਈ ਅਤੇ ਕਾਫੀ ਸਾਰੇ ਮਾਡਲ ਹੁਣ ਬਣਾਉਂਦੇ ਅੱਜ ਗੁਰੂ ਰਾਮਦਾਸ। ਅੱਜ ਤੋਂ 16 ਸਾਲ ਪਹਿਲਾਂ ਤੁਸੀਂ ਇਹ ਸਟਾਰਟ ਕੀਤਾ, ਯਾਨੀ ਕਿ 2000 ਦੇ ਵਿੱਚ, ਅਤੇ ਉਦੋਂ ਤੁਸੀਂ ਪੜ੍ਹਦੇ ਸੀ? ਹਾਂਜੀ। ਅਤੇ ਮਤਲਬ ਇੰਸਪੀਰੇਸ਼ਨਲ, ਕਈ ਵਾਰ ਸਮ ਟਾਈਮ ਸਾਡਾ ਕੋਈ ਐਸਾ ਸ਼ਖਸ ਹੁੰਦਾ ਜਿੱਥੋਂ ਅਸੀਂ ਇੰਸਪਾਇਰ ਹੋ ਜਾਂਦੇ ਹਾਂ, ਜਾਂ ਸਮ ਟਾਈਮ ਇੱਦਾਂ ਦੀ ਕੋਈ ਪਰਸਨੈਲਿਟੀ ਹੁੰਦੀ ਹੈ ਕਿ ਜਿਹਨੂੰ ਦੇਖ ਕੇ ਕਿ ਵਾਕਈ ਯਾਰ ਇਹੋ ਜਿਹਾ ਬੰਦਾ ਮੈਂ ਵੀ ਬਣਨਾ। ਸੋ ਤੁਸੀਂ ਕਿੱਥੋਂ ਇੰਸਪਾਇਰ ਹੋਏ ਸੀ? ਐਕਚੁਲੀ ਮੇਰੇ ਬ੍ਰਦਰ ਨੂੰ ਸਕੂਲ ਦੇ ਵਿੱਚ ਮੇਰੇ ਖਿਆਲ ਨਾਲ ਇੱਕ ਟੈਂਪਲ ਬਣਾਇਆ ਸੀ ਉਹਨੇ ਕ੍ਰਾਫਟ ਦੇ ਵਿੱਚ। ਅੱਛਾ। ਸਕੂਲ ਵੱਲੋਂ ਬੋਲਿਆ ਗਿਆ ਕਿ ਕੁਛ ਕ੍ਰਾਫਟ ਦੇ ਵਿੱਚ ਬਣਾਓ, ਉਹਨੇ ਇੱਕ ਟੈਂਪਲ ਬਣਾਇਆ ਬਹੁਤ ਹੀ ਅੱਛਾ। ਅੱਛਾ ਜੀ। ਜਿਵੇਂ ਛੋਟਾ ਸੀ ਉਹ ਸ਼ਰਾਰਤੀ ਸੀ ਅਤੇ ਉਹ ਮੈਨੂੰ ਵਾਰੀ ਵਾਰੀ ਦਿਖਾਵੇ ਕਿ ਆ ਦੇਖੋ ਮੈਂ ਕਿੰਨਾ ਸੋਹਣਾ ਟੈਂਪਲ ਬਣਾਇਆ। ਤੁਹਾਡੇ ਤੋਂ ਵੱਡਾ ਸੀ? ਹਾਂਜੀ, ਛੋਟੇ ਸੀ, 5 ਸਾਲ। ਅੱਛਾ। ਅਤੇ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਬਹੁਤ ਅੱਛਾ ਤੁਸੀਂ ਬਣਾਇਆ, ਉਸ ਟਾਈਮ ਮੈਂ ਕੋਈ ਆਰਟ ਵਗੈਰਾ ਕੋਈ ਮੇਰਾ ਧਿਆਨ ਨਹੀਂ ਸੀ, ਤੁਹਾਡੇ ਤੋਂ ਛੋਟੇ ਸੀ? ਹਾਂਜੀ, 5 ਸਾਲ ਛੋਟੇ ਸੀ। ਵਾਹ ਜੀ ਵਾਹ। ਅਤੇ ਉਹ ਵਾਰੀ ਵਾਰੀ ਜਦੋਂ ਮੈਨੂੰ 2-3 ਵਾਰੀ ਉਹਨਾਂ ਨੇ ਦਿਨ 'ਚ ਲਿਆ ਕੇ ਦਿਖਾਇਆ ਵੀ ਆਹ ਦੇਖੋ ਮੈਂ ਕਿੰਨਾ ਸੋਹਣਾ ਟੈਂਪਲ ਬਣਾਇਆ, ਤੁਸੀਂ ਵੱਡੇ ਹੋ ਤਾਂ ਵੀ ਨਹੀਂ ਬਣਾ ਸਕਦੇ। ਅਤੇ ਮੇਰੇ ਅੰਦਰ ਕਿਤੇ ਨਾ ਕਿਤੇ ਨਾ ਉਹ ਹੋ ਗਿਆ ਵੀ ਨਹੀਂ ਜੀ, ਹੁਣ ਤਾਂ ਕੁਛ ਕਰਨਾ ਹੀ ਪੈਣਾ, ਕੰਪੀਟੀਸ਼ਨ ਜਾਂ ਅੰਦਰ ਨਾ ਜਾ ਕੇ ਮੈਂ ਕਿਹਾ ਨਹੀਂ ਹੁਣ ਕੁਛ ਨਾ ਕੁਛ ਕਰਕੇ ਦਿਖਾਉਣਾ ਹੀ ਪੈਣਾ। ਸੋ ਫਿਰ ਆਪਣੇ ਘਰ ਜਿਹੜੇ ਇਨਵੀਟੇਸ਼ਨ ਕਾਰਡ ਵਗੈਰਾ, ਮੈਰਿਜ ਕਾਰਡ ਵਗੈਰਾ ਜਿਹੜੇ ਆਏ ਹੁੰਦੇ ਆ, ਮੈਂ ਉਹਨਾਂ ਨੂੰ ਕਲੈਕਟ ਕੀਤਾ। ਅੱਛਾ। ਤੇ ਜਿਹੜੇ ਘਰ 'ਚ ਅਸੀਂ ਰਹਿੰਦੇ ਸੀ ਉਹਦਾ ਮੈਂ ਮਾਡਲ ਡਿਟੇਲ ਦੇ ਵਿੱਚ ਬਣਾਇਆ, ਜਿਸ ਤਰ੍ਹਾਂ ਡੋਰਸ, ਵਿੰਡੋਜ਼, ਜਿੰਨਾ ਵੀ ਐਂਟਰਸ ਵਗੈਰਾ ਸਾਰਾ ਮੈਂ ਡਿਟੇਲ ਖਿੱਚ ਕੇ ਬਣਾਇਆ। ਫਿਰ ਪੂਰਾ ਖਿੱਚ ਕੇ ਫਿਰ 4-5 ਦਿਨ ਮੈਂ ਨਾ ਲੱਗਿਆ ਰਿਹਾ। ਕਿਆ ਬਾਤ ਹੈ ਜੀ। ਤੇ ਉਹ ਐਸਾ ਬਣਾਇਆ ਕਿ ਉਹ ਤਾਂ ਫਿਰ ਬੈਠ ਗਏ ਚੁੱਪ ਕਰਕੇ, ਉਹਨਾਂ ਨੂੰ ਤਾਂ ਚੁੱਪ ਹੋ ਗਏ। ਉਸ ਤੋਂ ਬਾਅਦ ਫਿਰ ਐਸੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਕਿ ਅੱਜ ਦੇਸ਼ਾਂ ਵਿਦੇਸ਼ਾਂ ਦੇ ਪਤਾ ਨਹੀਂ ਕਿੰਨੀਆਂ ਕੰਟਰੀ ਦੇ ਅਦਭੁਤ ਜੋ ਨਮੂਨੇ ਨੇ, ਜੋ ਅਜੂਬੇ ਨੇ, ਉਹ ਆਪਾਂ ਕਾਗਜ਼ ਦੇ ਨਾਲ ਬਣਾ ਚੁੱਕੇ ਹਾਂ, ਜਿਹੜੇ ਕਿ ਦੇਸ਼ਾਂ ਵਿਦੇਸ਼ਾਂ 'ਚ ਪ੍ਰਸਿੱਧ ਨੇ ਜੀ। ਤੁਸੀਂ ਹੁਣ ਇਸ ਵੇਲੇ ਜੋ ਵੀ ਹੋ, ਐਜ਼ ਏ ਕਹਿ ਸਕਦੇ ਹਾਂ ਤੁਸੀਂ ਸਟਾਰ ਹੋ ਅਤੇ ਉਹ ਸਟਾਰ ਮੇਕਰ ਨੇ, ਬਿਲਕੁਲ, ਕਿਉਂਕਿ ਉਹਨਾਂ ਨੂੰ ਰਿਗਾਰਡ ਦਿੰਦੇ ਹੋ ਕਿ ਤੁਹਾਡੀ ਉਹਦੀ ਜੋ ਉਹਨੇ ਤੁਹਾਨੂੰ ਕਿਹਾ, ਜਾਂ ਕਈ ਵਾਰ ਠੋਕਰ ਵੱਜਦੀ ਬੰਦੇ ਨੂੰ, ਜਾਂ ਕਈ ਵਾਰ ਅਜਿਹੀ ਚੋਟ ਲੱਗਦੀ ਆ ਬੰਦੇ ਨੂੰ ਕਿ ਹਾਂ ਯਾਰ ਇਹ ਬੰਦੇ ਨੇ ਮੈਨੂੰ ਅਜੇ ਤੱਕ ਰਿਗਾਰਡ ਦਿੰਦੇ ਹੋ
ਅੱਜ ਵੀ ਕਈ ਵਾਰੀ ਹੱਸਦੇ ਹੋ ਇਸ ਕਰਕੇ ਹੁੰਦੇ ਵੀ ਜਦੋਂ ਤੁਸੀਂ ਕਿਤੇ ਨਿਊਜ਼ ਚੈਨਲ 'ਚ ਜਾਂ ਮੈਗਜ਼ੀਨ 'ਚ ਜਾਂ ਕਿਤੇ ਵੀ ਨਿਊਜ਼ ਪੇਪਰ 'ਚ ਤੁਹਾਡਾ ਇੰਟਰਵਿਊ ਹੁੰਦਾ ਪਰ ਮੇਰਾ ਜ਼ਿਕਰ ਦੇਖ ਲਓ ਫਿਰ ਵੀ ਜ਼ਰੂਰ ਆਉਂਦਾ ਵਿੱਚ ਕਿਉਂਕਿ ਜਦੋਂ ਤੁਹਾਡੇ ਸਟਾਰਟਿੰਗ ਹੋਣਾ ਸਟਾਰਟਿੰਗ ਜਦੋਂ ਸਟਾਰਟਿੰਗ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਉਹਨਾਂ ਦਾ ਨਾਮ ਆਉਣਾ ਹੀ ਹੋਣਾ ਉਹ ਕੀ ਕਰਦੇ ਇਸ ਚੀਜ਼ ਦਾ ਉਹ ਕੀਰਤਨ ਕਰਦੇ ਨੇ ਰਾਗੀ ਸਿੰਘ ਨੇ ਉਹਨਾਂ ਨੇ ਉਦੋਂ ਉਸ ਤੋਂ ਬਾਅਦ ਉਹ ਤਾਂ ਜਸਟ ਉਹਨਾਂ ਨੇ ਉਹ ਤਾਂ ਬਸ ਉਹ ਸ਼ੁਰੂਆਤ ਕਰਤੀ ਉਸ ਤੋਂ ਬਾਅਦ ਉਹਨਾਂ ਨੇ ਨਹੀਂ ਹੱਥ ਲਾਇਆ ਅੱਛਾ ਤੇ ਇੱਕ ਜਿਵੇਂ ਪਾਤਸ਼ਾਹੀ ਨੇ ਜਿਵੇਂ ਉਹਨਾਂ ਨੂੰ ਇੱਕ ਡਿਊਟੀ ਦਿੱਤੀ ਸੀ ਵੀ ਇਹਨਾਂ ਦੇ ਅੰਦਰ ਇਹ ਚਿੰਗਾਰੀ ਜਗਾਓ ਤੁਸੀਂ ਤੇ ਇਹਨਾਂ ਨੇ ਸਟਾਰਟ ਹੋ ਜਾਣਾ ਤੇ ਫਿਰ ਉਹ ਅੱਜ ਤੋਂ ਬਾਅਦ ਫਿਰ ਘਰ ਦਾ ਮਾਡਲ ਬਣਾਇਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਕ ਨਾ ਇੱਕ ਦਿਨ ਬੈਠੇ ਬੈਠੇ ਨਾ ਇੱਕ ਬੁੱਕ ਪਈ ਸੀ ਉਹਦੇ ਵਿੱਚ 7 ਵੰਡਰ ਬਣੇ ਹੋਏ ਸੀ ਉਹਦੇ ਉੱਤੇ ਕਵਰ ਦੇ ਉੱਤੇ ਅੱਛਾ ਜੀ ਤੇ ਮੈਂ ਉਹਨਾਂ ਦਿਨਾਂ 'ਚ ਅਜੇ ਸੋਚ ਰਿਹਾ ਸੀ ਵੀ ਕਿ ਮਨਾ ਕੀ ਬਣਾਈਏ ਜਿਹੜਾ ਕਿ ਵਰਲਡ ਫੇਮਸ ਹੋਵੇ ਜਿਹਦੇ ਨਾਲ ਕਿ ਵਰਲਡ ਲੈਵਲ ਤਾਂ ਹੀ ਆਪਣੇ ਆਰਟ ਨੂੰ ਪਹੁੰਚਾਇਆ ਜਾ ਸਕੇ ਜੀ ਤੇ ਸੋ ਫਿਰ ਮੈਂ ਲੰਡਨ ਬ੍ਰਿਜ ਦਾ ਮਾਡਲ ਸਭ ਤੋਂ ਪਹਿਲਾਂ ਚੁਣਿਆ ਜਿਹੜਾ ਆਪਣੇ ਇੰਗਲੈਂਡ ਦੀ ਧਰਤੀ 'ਤੇ ਬੈਠੇ ਲੰਡਨ ਦੇ ਵਿੱਚ ਹੀ ਮੌਜੂਦ ਹੈ ਸਨ 2002 ਦੇ ਵਿੱਚ ਫਿਰ ਮੈਂ ਡਿਟੇਲ ਮਾਡਲ ਬਣਾਇਆ ਸੀ ਕਾਗਜ਼ ਨਾਲ ਤਕਰੀਬਨ 2.5 ਫੁੱਟ ਲੰਬਾ ਸੀ ਉਹ ਅੱਛਾ ਸਿਰਫ 50 ਗ੍ਰਾਮ ਵੇਟ ਸਰ ਵੇਟ ਹੈਗਾ ਕੀ ਬਾਤ ਹੈ ਜੀ ਤੇ ਉਹ ਮਾਡਲ ਤਿਆਰ ਕੀਤਾ ਤੇ ਉਹ ਮਾਡਲ ਨੂੰ ਬਣਾਉਣ 'ਚ ਤਕਰੀਬਨ 300 ਘੰਟਿਆਂ ਦਾ ਮੈਨੂੰ ਸਮਾਂ ਲੱਗਿਆ ਮੈਂ ਰੋਜ਼ ਘੰਟੇ ਕਾਊਂਟ ਕਰਦਾ ਹੁੰਦਾ ਵੀ ਕਿੰਨਾ ਟਾਈਮ ਅੱਜ ਲਾਇਆ 300 ਘੰਟਿਆਂ ਦੀ ਮਿਹਨਤ ਨਾਲ ਉਹ ਟਾਵਰ ਬ੍ਰਿਜ ਆਫ ਲੰਡਨ ਦਾ ਮਾਡਲ ਤਿਆਰ ਹੋਇਆ ਤੇ ਸਨ 2002 ਦੇ ਵਿੱਚ ਮੈਂ ਉਹਨੂੰ ਜੈਪੁਰ ਦੇ ਵਿੱਚ ਐਗਜੀਬਿਸ਼ਨ ਦੇ ਵਿੱਚ ਐਗਜੀਬਿਟ ਕੀਤਾ ਵਾਹ ਜੀ ਵਾਹ ਜਦੋਂ ਤੁਸੀਂ ਸ਼ੁਰੂ ਕੀਤਾ ਕਈ ਵਾਰ ਪੇਰੈਂਟਸ ਵੱਲੋਂ ਹੁੰਦਾ ਵੀ ਕਾਕਾ ਪੜ੍ਹ ਲਾ ਤੂੰ ਕਿਹੜੀ ਕਮੀ ਪੈ ਗਿਆ ਜਾਂ ਸਮ ਟਾਈਮ ਹੁੰਦਾ ਪੇਰੈਂਟਸ ਵੱਲੋਂ ਪੂਰੀ ਸਪੋਰਟ ਸੀ ਜਾਂ ਕਹਿੰਦੇ ਸੀਗੇ ਤੂੰ ਇਹ ਕਿਹੜੀ ਕਮੀ ਪੈ ਗਿਆ ਪੇਪਰਾਂ ਪੇਰੈਂਟਸ ਵੱਲੋਂ ਦੇਖੋ ਹਰ ਇੱਕ ਨੂੰ ਮਾਤਾ ਪਿਤਾ ਨੂੰ ਇਹ ਹੁੰਦਾ ਵੀ ਉਹ ਕੰਮ ਕਰੇ ਜਿਹੜਾ ਕਿ ਸਾਨੂੰ ਵੀ ਦਿਖਣ 'ਚ ਚੰਗਾ ਲੱਗੇ ਅਤੇ ਲੋਕ ਵੀ ਸਲਾਉਣ ਉਹਨੂੰ ਲੋਕ ਵੀ ਸਲਾਉਣ ਉਹ ਕੰਮ ਹੀ ਇਹੋ ਜਿਹਾ ਸੀ ਜਿਹੜਾ ਨਾ ਕਿਸੇ ਨੇ ਸੁਣਿਆ ਸੀ ਨਾ ਦੇਖਿਆ ਸੀ ਬਿਲਕੁਲ ਅਤੇ ਜਿਵੇਂ ਪਾਤਸ਼ਾਹ ਨੇ ਕੋਈ ਗੁਰੂ ਰਾਮਦਾਸ ਜੀ ਨੇ ਆਪ ਹੀ ਮਿਹਰ ਕਰਕੇ ਇਸ ਆਰਟ ਵੱਲ ਜਿਵੇਂ ਤੋਰਤਾ ਵੀ ਇਹ ਕਰੋ ਵੀ ਡਿਊਟੀ ਜਿਵੇਂ ਲਾਤੀ ਜੀ ਜੀ ਅਤੇ ਉਹ ਜਦੋਂ ਜਦੋਂ ਕਾਗਜ਼ ਨੂੰ ਆਪਾਂ ਡੈਫੀਨੇਟਲੀ ਇਹ ਗੱਲ ਹੈ ਕਿ ਜਦੋਂ ਕਟਿੰਗ ਕਰਾਂਗੇ ਨਿੱਕੇ ਨਿੱਕੇ ਟੂਲਸ ਖਿਲ ਰਹੇ ਰਹਿਣੇ ਕਾਗਜ਼ ਦੀ ਕਟਿੰਗ ਡਿੱਗ ਪੈਣੀ ਥੱਲੇ ਹੈ ਨਾ ਅਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਵੀ ਤੁਸੀਂ ਜਿੱਥੇ ਵੀ ਬੈਠਦੇ ਹੋ ਜਿੱਥੇ ਵੀ ਜਿਹੜੇ ਥਾਂ 'ਤੇ ਵੀ ਆਪਣਾ ਵਰਕਸ਼ਾਪ ਲਾਉਂਦੇ ਉੱਥੇ ਕਾਗਜ਼ ਹੀ ਕਾਗਜ਼ ਖਿਲਰ ਜਾਂਦੇ ਫਿਰ ਸਾਰਾ ਦਿਨ ਤੁਸੀਂ ਖਲੇਰਾ ਪਾਈ ਰੱਖਦੇ ਤੁਸੀਂ ਰਹਿਣ ਦਿਓ ਇਹ ਕੰਮ ਨੂੰ ਪਰ ਅੱਜ ਉਹ ਟਾਈਮ ਯਾਦ ਹੁੰਦਾ ਕਿ ਜਦੋਂ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਇੰਨੇ ਸਾਰੇ ਨੈਸ਼ਨਲ ਅਤੇ ਵਰਲਡ ਰੈਕਰਡ ਜਦੋਂ ਬਣ ਗਏ ਪੂਰੀ ਦੁਨੀਆ ਦੇ ਵਿੱਚ ਇਹ ਜਦੋਂ ਆਰਟ ਪਹੁੰਚਿਆ ਤੇ ਅੱਜ ਬਹੁਤ ਹੀ ਜ਼ਿਆਦਾ ਉਹੀ ਮਾਤਾ ਪਿਤਾ ਅਤੇ ਉਹੀ ਪਰਿਵਾਰ ਪ੍ਰਾਊਡ ਫੀਲ ਕਰਦਾ ਪ੍ਰਾਊਡ ਫੀਲ ਕਰਦੇ ਆ ਅਤੇ ਜਦੋਂ ਤੁਸੀਂ ਸੈਕਿੰਡ ਫਿਰ ਲੰਡਨ ਬ੍ਰਿਜ ਦਾ ਬਣਾਇਆ ਫਿਰ ਤੁਹਾਨੂੰ ਇੰਟਰਨੈਸ਼ਨਲ ਲੈਵਲ 'ਤੇ ਹਾਂਜੀ ਇੰਟਰਨੈਸ਼ਨਲ ਲੋਕ ਜਾਣਨ ਲੱਗ ਪਏ ਅਤੇ ਉਸ ਤੋਂ ਬਾਅਦ ਫਿਰ ਮੈਂ ਦੁਨੀਆ ਦੇ ਸੱਤ ਅਜੂਬੇ ਜਿੰਨਾ ਜਿਵੇਂ ਕਿ ਤਾਜ ਮਹਿਲ ਹੈ ਸਟੈਚੂ ਆਫ ਲਿਬਰਟੀ ਦ ਲੀਨਿੰਗ ਟਾਵਰ ਆਫ ਪੀਸਾ ਅਤੇ ਦ ਗ੍ਰੇਟ ਵਾਲ ਆਫ ਚਾਈਨਾ ਐਫਲ ਟਾਵਰ ਦਾ ਮਿਸਰ ਪਿਰਾਮਿਡ ਮਿਸਰ ਦੇ ਜਿਹੜੇ ਪਿਰਾਮਿਡ ਨੇ ਅਤੇ ਆ ਕੁਛ ਸਾਲ ਪਹਿਲਾਂ ਮੈਂ ਫਿਰ ਵਾਈਟ ਹਾਊਸ ਦਾ ਰੈਪਲੀਕਾ ਬਣਾਇਆ ਸੀ ਐਨ ਟਾਵਰ ਜਿਹੜਾ ਕੈਨੇਡਾ ਦਾ ਅੱਛਾ ਅਤੇ ਇਹ ਵੀ ਬਣਾਇਆ ਕਾਫੀ ਸਾਰੇ ਹੋਰ ਪ੍ਰਸਿੱਧ ਜੋ ਇਮਾਰਤਾਂ ਨੇ ਆਪਾਂ ਉਹਨਾਂ ਨੂੰ ਮਤਲਬ ਜੋ ਐਗਜੀਬਿਸ਼ਨ ਵਾਸਤੇ ਬਾਹਰ ਇੰਟਰਨੈਸ਼ਨਲ ਲੈਵਲ ਤੇ ਵੀ ਲੈ ਕੇ ਆਏ ਫਿਰ ਇੰਟਰਨੈਸ਼ਨਲ ਲੈਵਲ ਤੇ ਰਿਲੀਜੀਅਸ ਮਾਡਲ ਮੈਂ ਜੋ ਬਣਾਏ ਉਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਜ਼ਿਕਰ ਕਰੂੰਗਾ ਉਹ ਲੈ ਕੇ ਆਇਆ ਸੀਗਾ ਅਤੇ ਬੜੀ ਜਲਦੀ ਹੀ ਪਲਾਨ ਚੱਲ ਰਿਹਾ ਕਿ ਬੜੀ ਜਲਦੀ ਹੀ ਯੂਕੇ ਦੀਆਂ ਸੰਗਤਾਂ ਦੇ ਲਈ ਯੂਕੇ ਦੇ ਜੋ ਲੋਕ ਨੇ ਉਹਨਾਂ ਨੂੰ ਆਪਣੇ ਪੇਪਰ ਆਰਟ ਦੀ ਐਗਜੀਬਿਸ਼ਨ 'ਤੇ ਜ਼ਰੂਰ ਲਿਆ ਕੇ ਲਾਵਾਂਗੇ ਕੀ ਬਾਤ ਹੈ ਜੀ ਜਦੋਂ ਤੁਸੀਂ 7 ਵੰਡਰ ਬਣਾਏ ਫਿਰ ਤੁਸੀਂ ਰਿਲੀਜੀਅਸ ਇਸ ਟਾਪ ਲਾਈਨ ਵੱਲ ਆ ਗਏ ਫੀਲਡ ਵੱਲ ਆ ਗਏ ਕਿ ਜਿਵੇਂ ਦਰਬਾਰ ਸਾਹਿਬ ਦਾ ਬਣਾਇਆ ਜਾਂ ਦੂਜਾ ਬਣਾਇਆ ਤਕਰੀਬਨ ਸੰਨ 2009 ਦੀ ਗੱਲ ਹੈ ਜੀ ਫਰਾਂਸ ਦੇ ਵਿੱਚ ਇੰਸੀਡੈਂਟ ਹੋਇਆ ਸੀਗਾ ਕਿ ਇੱਕ ਸਿੱਖ ਦੀ ਟਰਬਨ ਉਤਾਰੀ ਗਈ ਸੀ ਸ਼ਾਇਦ ਆਪ ਜੀ ਨੂੰ ਯਾਦ ਹੋਵੇ ਹੈ ਨਾ ਚੈਕਿੰਗ ਹੋਈ ਸੀ ਸ਼ਾਇਦ ਮੇਬੀ ਜੀ ਅਤੇ ਉਸ ਟਾਈਮ ਮੇਰੇ ਮਨ ਨੂੰ ਬੜੀ ਚੋਟ ਰੱਖੀ ਕਿਉਂਕਿ ਐਜ ਏ ਸਿੱਖ ਮੈਨੂੰ ਬਹੁਤ ਅੱਛਾ ਨਹੀਂ ਲੱਗਿਆ ਕਿ ਮੈਂ ਕਿਹਾ ਯਾਰ ਇਹ ਟਰਬਨ ਨਹੀਂ ਉਤਾਰੀ ਜਾਣੀ ਚਾਹੀਦੀ ਅਤੇ ਮੈਨੂੰ ਨਾ ਕਿਸੇ ਨੇ ਇੱਕ ਆਈਡੀਆ ਦਿੱਤਾ ਕਿ ਤੁਸੀਂ ਨਾ ਤੁਹਾਨੂੰ ਦਿਲ ਨੂੰ ਦੁੱਖ ਬਹੁਤ ਪਹੁੰਚਿਆ ਤੁਸੀਂ ਆਪਣੇ ਆਰਟ ਦੇ ਨਾਲ ਇੱਕ ਸੰਦੇਸ਼ ਦੇ ਸਕਦੇ ਹੋ ਕੀ ਬਾਤ ਤੁਸੀਂ ਇੱਕ ਚੰਗੇ ਆਰਟਿਸਟ ਹੋ ਸਾਰੇ ਮੀਡੀਆ ਤੁਹਾਨੂੰ ਹੈ ਨਾ ਤੁਹਾਡੇ ਨਾਲ ਅਟੈਚ ਹੈ ਅਤੇ ਫਿਰ ਮੇਰੇ ਮਨ ਦੇ ਵਿਚਾਰ ਆਇਆ ਕਿਉਂਕਿ ਆਪਣੇ ਆਰਟ ਦੇ ਨਾਲ ਇੱਕ ਸੰਦੇਸ਼ ਦਿੱਤਾ ਜਾਵੇ ਫਿਰ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਪੱਗ ਬਣਾਈ ਉਹਦੇ ਥੱਲੇ ਇੱਕ ਮੈਸੇਜ ਲਿਖਿਆ ਸੇਵ ਦਾ ਪ੍ਰਾਈਡ ਆਫ ਟਰਬਨ ਠੀਕ ਹੈ ਸਾਡੇ ਪੱਗ ਦੀ ਜੋ ਸ਼ਾਨ ਹੈ ਇਸ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਹੈ ਇਸ ਨੂੰ ਤੁਸੀਂ ਇਸ ਤਰ੍ਹਾਂ ਉਤਾਰ ਕੇ ਚੈੱਕ ਨਹੀਂ ਕਰਨਾ ਚਾਹੀਦਾ ਤੁਹਾਨੂੰ ਵਾਰੀ ਵਾਰੀ ਹੈ ਨਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਾਡੇ ਨੂੰ ਠੇਸ ਪਹੁੰਚਦੀ ਹੈ ਅਤੇ ਉਹ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਪਹੁੰਚਿਆ ਅੱਛਾ ਜੀ ਉਸ ਟਾਈਮ ਕਿਸੇ ਮੈਸੇਜ ਸੰਦੇਸ਼ ਦੇਣ ਦੇ ਪਰਪਜ਼ ਨਾਲ ਬਣਾਈ ਗਈ ਸੀ ਲੇਕਿਨ ਸੰਨ 2012 ਦੇ ਵਿੱਚ ਉਸ ਟਰਬਨ ਨੂੰ ਦਿੱਲੀ ਦੇ ਵਿੱਚ ਅਵਾਰਡ ਫੰਕਸ਼ਨ ਸੀਗਾ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਅੱਛਾ ਜੀ ਟੌਪ 120 ਟੈਲੈਂਟ ਆਫ ਇੰਡੀਆ ਦੇ ਵਿੱਚ ਦਾਸ ਨੂੰ ਖਿਤਾਬ ਮਿਲਿਆ ਉਸ ਟਰਬਨ ਦੇ ਬਦੌਲਤ ਕੀ ਬਾਤ ਹੈ ਜੀ ਕੀ
ਤੇ ਬੜਾ ਹੀ ਮਾਣ ਮਹਿਸੂਸ ਹੋਇਆ ਤੇ ਨਾਲ ਹੀ ਸ਼ੁਕਰਾਨਾ ਅਦਾ ਕੀਤਾ ਧੰਨ ਗੁਰੂ ਰਾਮਦਾਸ ਜੀ ਦਾ ਜੀ ਜੀ ਜਿਨ੍ਹਾਂ ਨੇ ਇਹ ਜੋ ਕਲਾ ਦਾਸ ਨੂੰ ਬਖਸ਼ੀ ਜਿਹਦੇ ਕਰਕੇ ਦੁਨੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੌਪ 120 ਕਰੋੜ ਦੀ ਇੰਡੀਆ ਦੀ ਆਬਾਦੀ ਹੈ ਉਹਨਾਂ ਚੋਂ 120 ਟੌਪ ਦੇ ਆਰਟਿਸਟ ਚੁਣੇ ਜਿਹਦੇ ਵਿੱਚ ਦਾਸ ਦਾ ਸਿਲੈਕਸ਼ਨ ਹੋਇਆ ਤੇ ਇਹ ਅਵਾਰਡ ਪ੍ਰਾਪਤ ਹੋਇਆ। ਜਿੱਥੋਂ ਤੱਕ ਮੈਂ ਸੁਣਦਾ ਕਿ ਜਿਵੇਂ ਕੋਈ ਵੀ ਆਰਟ ਆ ਜਦੋਂ ਅਸੀਂ ਉਹਨੂੰ ਲੈ ਕੇ ਚੱਲਦੇ ਹਾਂ ਕਿ ਜਨੂੰਨ ਹੋਣਾ ਚਾਹੀਦਾ ਸਾਡੇ ਅੰਦਰ ਕਿ ਉਸ ਜਨੂੰਨ ਨੂੰ ਜਾਂ ਉਸ ਆਰਟ ਨੂੰ ਸਿਖਰ ਤੱਕ ਪਹੁੰਚਾਉਣਾ ਤੇ ਇਹਦੇ ਵਿੱਚ ਸਾਰੇ ਹੀ ਸੰਗਤਾਂ ਦਾ ਸਹਿਯੋਗ ਪੇਰੈਂਟਸ ਦਾ ਸਹਿਯੋਗ ਭਰਾਵਾਂ ਭੈਣਾਂ ਦਾ ਸਹਿਯੋਗ ਜ਼ਰੂਰ ਹੋਣਾ ਚਾਹੀਦਾ। ਅਤੇ ਵਾਕਈ ਜੀ ਅਸੀਂ ਤੁਹਾਡੇ ਜਿਹੜੇ ਮਾਤਾ ਪਿਤਾ ਨੇ ਬੜੇ ਵਡਭਾਗੀ ਨੇ ਕਿ ਜਿਨ੍ਹਾਂ ਨੇ ਤੁਹਾਡੇ ਵਰਗੇ ਸਪੂਤ ਪੈਦਾ ਕੀਤੇ ਕਿ ਆਪਣੇ ਆਪ ਨੂੰ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਜਾਂ ਆਪਣੇ ਜਿਹੜੇ ਸਾਡੇ ਧਾਰਮਿਕ ਚਿੰਨ੍ਹ ਨੇ ਜਾਂ ਸਾਡੇ ਧਾਰਮਿਕ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ। ਅਤੇ ਮੈਂ ਆਪਣੇ ਆਪ ਨੂੰ ਪ੍ਰਾਊਡ ਫੀਲ ਕਰ ਰਿਹਾ ਕਿ ਮੈਂ ਵੀ ਇੱਕ ਸਿੱਖ ਘਰ ਜਨਮ ਲੈ ਕੇ ਅਤੇ ਇੱਕ ਐਸੀ ਸ਼ਖਸੀਅਤ ਦੀ ਇੰਟਰਵਿਊ ਕਰ ਰਿਹਾ ਕਿ ਜਿਨ੍ਹਾਂ ਨੇ ਆਪਣਾ ਅਤੇ ਆਪਣੀ ਕੌਮ ਦਾ ਸਿਰ ਉੱਚਾ ਕੀਤਾ। ਸੋ ਜਦੋਂ ਗਿਨੀਜ਼ ਬੁੱਕ ਆਫ ਜਿਹੜਾ ਵਰਲਡ ਰਿਕਾਰਡ ਆ ਬਣਿਆ ਉਹ ਕਿਹੜੇ ਮਤਲਬ ਮਾਡਲ ਤੋਂ ਫਿਰ ਬਣਿਆ ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸੂਗਾ ਕਿ ਜਦੋਂ ਟਰਬਨ ਮੈਂ ਵੱਡੀ ਬਣਾਤੀ ਹੈ ਨਾ ਦੁਨੀਆ ਦੀ ਸਭ ਤੋਂ ਛੋਟੀ ਬਣਾਈ ਉਸ ਤੋਂ ਇਲਾਵਾ ਫਿਰ ਮੇਰੇ ਦਿਲ ਦੇ ਵਿੱਚ ਇੱਕ ਨਾ ਇੱਕ ਦਿਨ ਅਰਦਾਸ ਦੇ ਵਿੱਚ ਖਲੋਤੇ ਖਲੋਤੇ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਸੀ ਕਿਤੇ ਜਿਸ ਤਰ੍ਹਾਂ ਸਿੱਖ ਰੋਜ਼ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਪੰਜਾ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਖਾਲਸਾ ਪੰਥ ਜੀ ਨੂੰ ਬਖਸ਼ੋ ਹੈ ਨਾ। ਸੋ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿਉਂ ਨਾ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਧਾਰਮਿਕ ਪਵਿੱਤਰ ਅਸਥਾਨਾਂ ਦੇ ਦਰਸ਼ਨ ਜੋ ਜੋ ਇਸ਼ਤਿਹਾਰ ਜੋ ਸਥਾਨ ਨੇ ਉਹਨਾਂ ਦੇ ਮਾਡਲ ਤਿਆਰ ਕੀਤੇ ਜਾਣ ਤਾਂ ਕਿ ਜੋ ਸਿੱਖ ਸੰਗਤਾਂ ਜਿਹੜੀਆਂ ਉੱਥੇ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਇੱਕ ਇੱਕ ਉੱਥੋਂ ਦਾ ਦ੍ਰਿਸ਼ ਦਿਖਾਇਆ ਜਾ ਸਕੇ ਆਪਣੀ ਕਲਾ ਦੇ ਰਾਹੀਂ। ਫਿਰ ਮੈਂ ਉਹ ਚੂਜ਼ ਕੀਤੇ ਸ਼੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਜੀ ਦੇ ਮਾਡਲ ਉਹ ਤਿਆਰ ਕੀਤੇ ਅਤੇ ਉਸ ਦੇ ਨਾਲ ਹੀ ਕੁਛ ਟਾਈਮ ਬਾਅਦ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜੋ ਸਥਾਨ ਹੈ ਨਗਰੀ ਦੇ ਵਿੱਚ ਰਹਿੰਦੇ ਹਾਂ ਉਸ ਸਥਾਨ ਦਾ ਵੀ ਆਪਾਂ ਮਾਡਲ ਧੰਨ ਦਰਬਾਰ ਸਾਹਿਬ ਜੀ ਦਾ ਵੀ ਮਾਡਲ ਪੂਰਾ ਡਿਟੇਲ ਦੇ ਵਿੱਚ ਤਿਆਰ ਕੀਤਾ ਜਿਸ ਨੂੰ ਬਣਾਉਣ 'ਚ ਕਿ 5 ਮਹੀਨਿਆਂ ਦਾ ਸਮਾਂ ਲੱਗਿਆ ਅਤੇ ਅੱਜ ਤੋਂ ਪਹਿਲਾਂ ਲਿਮਕਾ ਬੁੱਕ ਆਫ ਰਿਕਾਰਡ ਅਤੇ ਹੋਰ ਕਾਫੀ ਸਾਰੇ ਵਰਲਡ ਰਿਕਾਰਡ ਨੈਸ਼ਨਲ ਰਿਕਾਰਡ ਦੇ ਵਿੱਚ ਕਿਸੇ ਦੇ ਵਿੱਚ ਵੀ ਤੁਹਾਨੂੰ ਇਹ ਪਾਵਨ ਪਵਿੱਤਰ ਜੋ ਸਥਾਨ ਨੇ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਜਾਂ ਸ਼੍ਰੀ ਪੰਜਾ ਸਾਹਿਬ ਕਿਸੇ ਨੈਸ਼ਨਲ ਜਾਂ ਵਰਲਡ ਰਿਕਾਰਡ ਬੁੱਕ 'ਚ ਨਹੀਂ ਮਿਲਣਗੇ ਜੀ। ਅਤੇ ਦਾਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅਤੇ ਇਹ ਡਿਊਟੀ ਲਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿ ਉਹਨਾਂ ਇਹ ਜੋ ਸਥਾਨ ਨੇ ਇਹ ਨੈਸ਼ਨਲ ਲਿਮਕਾ ਬੁੱਕ ਆਫ ਦੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੋਇਆ। ਜੋ ਤੁਹਾਡਾ ਨੋਮੀਨੇਟ ਕੀਤਾ ਗਿਆ ਤੁਹਾਨੂੰ ਤੁਹਾਨੂੰ ਇਨਫੋਰਮੇਸ਼ਨ ਮਿਲੀ ਜਦੋਂ ਕਿਵੇਂ ਦਾ ਫੀਲ ਹੋ ਰਿਹਾ ਸੀ? ਸਭ ਤੋਂ ਪਹਿਲਾਂ ਤਾਂ ਜੀ ਬਹੁਤ ਹੀ ਚੰਗਾ ਲੱਗਦਾ ਅਤੇ ਇਹ ਪ੍ਰਾਊਡ ਮਹਿਸੂਸ ਹੁੰਦਾ ਕਿ ਸਿੱਖ ਘਰ ਦੇ ਵਿੱਚ ਜਨਮ ਸਿੱਖ ਪਰਿਵਾਰ ਦੇ ਵਿੱਚ ਜਨਮ ਲੈ ਕੇ ਅਤੇ ਇੱਕ ਐਸੀ ਇਹ ਕਲਾ ਗੁਰੂ ਰਾਮਦਾਸ ਜੀ ਨੇ ਬਖਸ਼ੀ ਜਿਹੜੀ ਕਿ ਹੋਰ ਕਿਸੇ ਦੇ ਵਿੱਚ ਵੀ ਨਹੀਂ ਗੀ ਜੀ ਜੀ ਅਤੇ ਉਸ ਦੇ ਨਾਲ ਨਾਲ ਹੀ ਇਹ ਧਾਰਮਿਕ ਸਥਾਨਾਂ ਦੇ ਜੋ ਕਾਰਜ ਨੇ ਇਸ ਤਰ੍ਹਾਂ ਲੱਗਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਇਹ ਸੇਵਾ ਦਾਸ ਦੇ ਹਿੱਸੇ ਲਾਈਏ ਵੀ ਇਹ ਵੀ ਇੱਕ ਸੇਵਾ ਹੈਗੀ ਹੈ ਕਿ ਅਸੀਂ ਜਿੱਥੇ ਜਿੱਥੇ ਨਾਲ ਧਾਰਮਿਕ ਸਥਾਨਾਂ ਦੇ ਮਾਡਲ ਬਣਾਉਂਦੇ ਨਾਲ ਉਹਨਾਂ ਦੀ ਹਿਸਟਰੀ ਲਿਖੀ ਹੁੰਦੀ ਹੈ ਜਿੱਥੇ ਵੀ ਪ੍ਰਦਰਸ਼ਨੀ ਲਾਉਂਦੇ ਹਾਂ ਅਤੇ ਆਪਣੇ ਸਿੱਖ ਸੰਗਤਾਂ ਦਾ ਦਿਲ ਆਸ਼ਾਸ਼ ਕਰ ਉੱਠਦਾ ਕਿ ਦੇਖੋ ਕਿੰਨਾ ਵਧੀਆ ਸੰਦੇਸ਼ ਕੌਮ ਨੂੰ ਹੈ ਨਾਲ ਕਿ ਇੱਕ ਧਾਰਮਿਕ ਸਥਾਨਾਂ ਦੇ ਮਾਡਲ ਹੈ ਅਤੇ ਨਾਲ ਨਾਲ ਉਹਨਾਂ ਦਾ ਇਤਿਹਾਸ ਵੀ ਲਿਖਿਆ ਜਿਹਦੇ ਨਾਲ ਕਿ ਬੱਚੇ ਬਹੁਤ ਜੁੜ ਕੇ ਖੁਸ਼ ਹੁੰਦੇ ਆ। ਇਹ ਮਹੀਨਾ ਨਵੰਬਰ ਦਾ ਚੱਲ ਰਿਹਾ ਸ਼ਹੀਦੀਆਂ ਦਾ ਮਹੀਨਾ। ਹਾਂਜੀ ਹਾਂਜੀ 1984 ਦੇ ਵਿੱਚ ਬਹੁਤ ਸਿੱਖ ਸ਼ਹੀਦ ਹੋਏ ਸੀ ਇਸ ਮੰਥ ਵਿੱਚ। ਸੋ ਇੱਕ ਮਾਡਲ ਮੈਂ ਇੰਟਰਨੈਟ 'ਤੇ ਦੇਖਿਆ ਤੁਹਾਡਾ ਕਿ ਅਕਾਲ ਤਖ਼ਤ ਸਾਹਿਬ ਦਾ ਜਦੋਂ 84 ਦੇ ਵਿੱਚ ਹੋਇਆ ਸੀ ਬੜੇ ਸਾਲ ਪਹਿਲਾਂ ਵੀਰ ਜੀ, ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਇਹ ਦਿਲ 'ਚ ਤਮੰਨਾ ਸੀਗੀ ਕਿ ਜਿੱਥੇ ਅਸੀਂ ਧਾਰਮਿਕ ਸਥਾਨਾਂ ਦੇ ਪਾਵਨ ਪਵਿੱਤਰ ਸਥਾਨਾਂ ਦੇ ਮਾਡਲ ਤਿਆਰ ਕਰ ਰਹੇ ਹਾਂ ਹਾਂਜੀ, ਅਤੇ ਜੋ ਸਭ ਤੋਂ ਜ਼ਿਆਦਾ 1984 ਜਿਹੜਾ ਕਦੇ ਨਾ ਭੁੱਲਣ ਜਾਣ ਵਾਲਾ ਜੋ ਹਾਦਸਾ ਸਾਡੀ ਕੌਮ ਦੇ ਨਾਲ ਹੋਇਆ ਜੀ, ਸਿੱਖ ਕਤਲੇਆਮ ਵੀ ਹੋਏ, ਬੜਾ ਕੁਛ ਹੋਇਆ ਜੀ। ਆਪਣੀ ਕਲਾ ਦੇ ਰਾਹੀਂ ਆਪਣੀ ਕਲਾ ਨਾਲ ਉਸ ਸਥਾਨ ਦੇ ਜੋ ਦ੍ਰਿਸ਼ ਹੈ ਅਕਾਲ ਤਖ਼ਤ ਸਾਹਿਬ ਜੀ ਦਾ ਉਹ ਬਣਾਉਣ ਦਾ ਬੜਾ ਮਨ ਦੇ ਵਿੱਚ ਸੀਗਾ। ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 2016 ਦੇ ਵਿੱਚ ਉਹ ਪੂਰੀ ਕੀਤੀ ਅਤੇ ਆਪਣੀ ਕਲਾ ਦੇ ਰਾਹੀਂ ਉਹ ਸ਼ਰਧਾਂਜਲੀ ਮੈਂ ਜੂਨ ਦੇ ਵਿੱਚ ਦਿੱਤੀ ਅਤੇ ਉਹਦਾ ਅਕਾਲ ਤਖ਼ਤ ਸਾਹਿਬ ਦਾ 1984 ਦਾ ਜੋ ਦ੍ਰਿਸ਼ ਹੈ ਜੀ, ਦਰਦਮਈ ਜੋ ਦ੍ਰਿਸ਼ ਹੈ ਜੋ ਅਸੀਂ ਕਦੇ ਵੀ ਹਮੇਸ਼ਾ ਸਾਡੇ ਸਿੱਖਾਂ ਦੇ ਮਨ ਦੇ ਵਿੱਚ ਵਸੇ ਹੋਏ ਆ, ਕਦੇ ਵੀ ਅਸੀਂ ਭੁੱਲ ਨਹੀਂ ਸਕਦੇ, ਉਹ ਮੈਂ ਫਿਰ ਪੂਰਾ ਡਿਟੇਲ ਦੇ ਵਿੱਚ ਉਸ ਤਰ੍ਹਾਂ ਟੈਰੀ ਹੋਇਆ ਬਣਾਇਆ ਦਿਖਾਇਆ, ਜਿਸ ਨੂੰ ਕਿ ਇੰਡੀਆ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਯੂਰਪ ਦੀਆਂ ਸੰਗਤਾਂ ਦੇ ਵਿੱਚ ਵੀ ਮੈਂ ਜੂਨ ਜੁਲਾਈ ਦੇ ਵਿੱਚ ਸਾਰੀਆਂ ਯੂਰਪ ਦੀਆਂ ਸੰਗਤਾਂ ਨੂੰ ਵੀ ਸਨਮੁੱਖ ਪ੍ਰਦਰਸ਼ਨੀ ਲਾ ਕੇ ਆਏ ਜੀ। ਸੋ ਇਹ ਤਾਂ ਸੀ ਤੁਹਾਡੇ ਜੋ ਪਾਸਟ ਵਿੱਚ ਜਿੰਨੇ ਵੀ ਤੁਸੀਂ ਬਣਾਏ ਆ, ਹੁਣ ਫਿਊਚਰ ਪਲਾਨ ਕੀ ਨੇ? ਫਿਊਚਰ ਬੜੀ ਜਲਦੀ, ਮੈਂ ਕਾਫੀ ਸਾਰੇ ਇੰਟਰਵਿਊਜ਼ ਦੇ ਵਿੱਚ ਪਹਿਲਾਂ ਵੀ ਦੱਸਿਆ ਕਿ 10 ਗੁਰੂਆਂ ਦੇ ਜਨਮ ਸਥਾਨਾਂ ਦੇ ਮਾਡਲ
ਉਹਨਾਂ ਤੇ ਵਰਕ ਚੱਲ ਰਿਹਾ ਬੜੀ ਜਲਦੀ ਹੀ ਸਿੱਖ ਸੰਗਤਾਂ ਦੇ ਰੂਬਰੂ ਆਪਾਂ ਕਰਾਂਗੇ ਜਿਵੇਂ ਜਿਵੇਂ ਦਸਾਂ ਗੁਰੂਆਂ ਦੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਹੈ ਉੱਥੇ ਨਾਲ ਹੀ ਉਹਨਾਂ ਦਾ ਪੂਰਾ ਡਿਟੇਲ 'ਚ ਇਤਿਹਾਸ ਹੋਏਗਾ ਕਿਹੜੀ ਸਿਟੀ ਦੇ ਵਿੱਚ ਮੌਜੂਦ ਹੈ ਠੀਕ ਹੈ ਕੀ ਉੱਥੋਂ ਦਾ ਇਤਿਹਾਸ ਆ ਪੂਰਾ ਡਿਟੇਲ ਦੇ ਵਿੱਚ ਆਪਾਂ ਨਾਲ ਸਿੱਖ ਸੰਗਤਾਂ ਦੇ ਅੱਗੇ ਰੱਖਾਂਗੇ ਅਤੇ ਉਸ ਦੇ ਨਾਲ ਹੀ ਆਪਾਂ ਪੰਜਾਂ ਤਖਤਾਂ ਦੇ ਵੀ ਮਾਡਲ ਬੜੀ ਜਲਦੀ ਸਿੱਖ ਸੰਗਤਾਂ ਦੇ ਰੂਬਰੂ ਕਰਾਂਗੇ ਬਹੁਤ ਵਧੀਆ ਜੀ ਵੀਰ ਜੀ ਆਪ ਜੀ ਨੂੰ ਮਿਲ ਕੇ ਮਨ ਗਦਗਦ ਹੋ ਉੱਠਿਆ ਕਿ ਦੁਨੀਆਂ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਵੀ ਨੇ ਕਈ ਵਾਰੀ ਸਾਡਾ ਜਿਹੜਾ ਸ਼ੌਂਕ ਆ ਸ਼ੌਂਕ ਤੱਕ ਹੀ ਰਹਿ ਜਾਂਦਾ ਉਹਨੂੰ ਅਸੀਂ ਐਕਸਟੈਂਡ ਨਹੀਂ ਕਰ ਸਕਦੇ ਪੂਰੀ ਦੁਨੀਆ ਸਾਹਮਣੇ ਐਕਸਪੈਂਡ ਨਹੀਂ ਕਰ ਸਕਦੇ ਸੋ ਤੁਸੀਂ ਆਪਣੇ ਸ਼ੌਂਕ ਨੂੰ ਪੂਰੀ ਦੁਨੀਆ ਤੱਕ ਲੈ ਕੇ ਆਏ ਅਤੇ ਪਰਮਾਤਮਾ ਅੱਗੇ ਅਸੀਂ ਸਿੱਖ ਚੈਨਲ ਦੀ ਪੂਰੀ ਟੀਮ ਵੱਲੋਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਦਿਨ ਚੌਗਣੀ ਅਤੇ ਰਾਤ ਹੋਰ ਦਿਨ ਬਾ ਦਿਨ ਇੰਨੀ ਜ਼ਿਆਦਾ ਤਰੱਕੀ ਕਰੋ ਕਿ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਿੱਖ ਐਜ਼ ਏ ਸਿੱਖ ਹੋਣ ਦਾ ਮਾਣ ਪ੍ਰਾਪਤ ਹੋਵੇ ਸਾਨੂੰ ਵੀ ਕਿ ਅਸੀਂ ਵੀ ਕਹੀਏ ਕਿ ਸਾਡਾ ਭਰਾ ਤੁਰਿਆ ਜਾਂਦਾ ਅਤੇ ਬਹੁਤ ਵਧੀਆ ਤੁਹਾਨੂੰ ਮਿਲ ਕੇ ਲੱਗਿਆ ਅਤੇ ਤੁਸੀਂ ਸਿੱਖ ਸੰਗਤਾਂ ਨੂੰ ਇਸ ਵੇਲੇ ਜਿੰਨੀਆਂ ਵੀ ਪੂਰੇ ਵਰਲਡ ਦੇ ਵਿੱਚ ਤੁਹਾਨੂੰ ਸੰਗਤਾਂ ਦੇਖ ਰਹੀਆਂ ਨੇ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਇਹੀ ਦੇਣਾ ਚਾਹੂੰਗਾ ਕਿ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਨੂੰ ਇਹ ਕਲਾ ਬਖਸ਼ੀ ਹੈ ਅਤੇ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਆਪਾਂ ਬਾਣੀ ਨਾਲ ਜੋੜੀਏ ਬਾਣੇ ਨਾਲ ਜੋੜੀਏ ਅਤੇ ਜਿੱਥੇ ਅੱਜ ਪੰਜਾਬ ਦੇ ਵਿੱਚ ਵੀ ਹੋਰਨਾਂ ਥਾਵਾਂ 'ਤੇ ਵੀ ਕਦੇ ਕਿਤੇ ਵੀ ਆਪਾਂ ਵਿਚਰਦੇ ਹਾਂ ਜਿਵੇਂ ਜਿਵੇਂ ਅਤੇ ਇਹ ਦੇਖਣ ਨੂੰ ਮਿਲਦਾ ਕਿ ਜੋ ਸਾਡੀ ਨਵੀਂ ਜਨਰੇਸ਼ਨ ਹੈ ਖਾਸ ਕਰਕੇ ਕਿਤੇ ਨਾ ਕਿਤੇ ਸਾਡੇ ਪੰਥ ਨਾਲੋਂ ਸਾਡੇ ਸਿੱਖੀ ਨਾਲੋਂ ਦਸਤਾਰ ਨਾਲੋਂ ਟੁੱਟਦੀ ਜਾ ਰਹੀ ਹੈ ਨਸ਼ਿਆਂ ਵੱਲ ਵੱਧਦੀ ਜਾ ਰਹੀ ਹੈ ਜੀ ਜੀ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਬਾਣੇ ਨਾਲ ਜੋੜੀਏ ਗੁਰੂ ਘਰਾਂ ਵੱਲ ਜਾਈਏ ਅਜਾਇਬ ਘਰਾਂ ਦੇ ਦਰਸ਼ਨ ਕਰਾਈਏ ਅਤੇ ਕਿਸੇ ਨਾ ਕਿਸੇ ਕਲਾ ਨਾਲ ਵੀ ਜੋੜਨਾ ਕਰੀਏ ਜਿਹਦੇ ਨਾਲ ਕਿ ਜਿਹੜਾ ਵੀ ਬੱਚਾ ਆਰਟਿਸਟ ਬਣੇਗਾ ਕਦੇ ਵੀ ਉਹ ਨਸ਼ਾ ਨਹੀਂ ਕਰੇਗਾ ਬਿਲਕੁਲ ਠੀਕ ਹੈ ਉਹਨੂੰ ਆਪਣੇ ਜਿਵੇਂ ਜਿਵੇਂ ਉਹ ਖੋਜ ਕਰੇਗਾ ਉਸ ਮਾਡਲ ਨੂੰ ਬਣਾਉਣ ਲਈ ਜਾਂ ਕੋਈ ਵੀ ਕ੍ਰੀਏਸ਼ਨ ਕਰਨ ਲਈ ਆਪਣੇ ਧਰਮ ਨਾਲ ਜੁੜਿਆ ਹੋਇਆ ਕੋਈ ਵੀ ਅਤੇ ਉਹਨੂੰ ਜਦੋਂ ਨੌਲੇਜ ਵਧੇਗੀ ਫਿਰ ਉਹ ਆਪਣੇ ਸਿੱਖ ਇਤਿਹਾਸ ਬਾਰੇ ਜਾਣੂ ਹੋਏਗਾ ਜੀ ਅਤੇ ਹਮੇਸ਼ਾ ਉਹ ਹੋਰਾਂ ਨੂੰ ਵੀ ਪ੍ਰੇਰੇਗਾ ਜੀ ਹੈ ਨਾ ਬਿਲਕੁਲ ਬਾਣੀ ਦੇ ਵਿੱਚ ਪੰਕਤੀ ਹੈ ਕਿ ਪ੍ਰਥਮੇ ਮਨ ਪ੍ਰਬੋਧਾ ਹੈ ਆਪਣਾ ਪਾਛੇ ਅਵਰ ਰਜਾਵੈ ਪਹਿਲਾਂ ਉਹ ਆਪਣੇ ਮਨ ਨੂੰ ਪ੍ਰਬੋਧੇਗਾ ਆਪਣੇ ਮਨ ਨੂੰ ਉਹਨੂੰ ਸਮਝ ਆਏਗੀ ਫਿਰ ਹੋਰਾਂ ਨੂੰ ਵੀ ਰਜਾਏਗਾ ਕਿ ਸਾਡਾ ਪੰਥ ਇਹੋ ਜਿਹਾ ਸਾਡੇ ਸਿੱਖ ਦਾ ਇਤਿਹਾਸ ਇਹੋ ਜਿਹਾ ਅਸੀਂ ਵੀ ਉਹਨਾਂ ਨੂੰ ਜੋੜੀਏ ਅਤੇ ਮੈਂ ਤਾਂ ਇਹੀ ਚਾਹੂੰਗਾ ਕਿ ਸਾਡੀ ਕੌਮ ਜੋ ਕਿਤੇ ਨਾ ਕਿਤੇ ਜੋ ਨਵੀਂ ਜਨਰੇਸ਼ਨ ਭਟਕਦੀ ਨਜ਼ਰ ਆ ਰਹੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਇਹ ਅਰਦਾਸ ਹੈ ਕਿ ਹਮੇਸ਼ਾ ਸਿੱਖੀ ਨਾਲ ਜੁੜੀ ਰਹੇ ਬਾਣੀ ਨਾਲ ਜੁੜੀ ਰਹੇ ਅਤੇ ਸੰਦੇਸ਼ ਇਹੀ ਹੈ ਕਿ ਕਿਸੇ ਨਾ ਕਿਸੇ ਅਗਰ ਅਸੀਂ ਕਲਾ ਨਾਲ ਬੱਚੇ ਨੂੰ ਜੋੜੀਏ ਕੋਸ਼ਿਸ਼ ਕਰੀਏ ਅਤੇ ਨਸ਼ਿਆਂ ਤੋਂ ਰਹਿਤ ਹੋ ਸਕਦਾ ਅਤੇ ਨਾਲ ਹੀ ਆਪਣੇ ਕੌਮ ਦੀ ਆਪਣੇ ਦੇਸ਼ ਦੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇਗਾ ਓਕੇ ਗੁਰਪ੍ਰੀਤ ਸਿੰਘ ਜੀ ਇੱਥੇ ਮੈਂ ਥੋੜ੍ਹਾ ਜਿਹਾ ਸਿੱਖ ਸੰਗਤਾਂ ਨੂੰ ਇੱਥੋਂ ਅਸੀਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਜਾਂ ਤੁਸੀਂ ਦੱਸ ਦਿਓ ਕਿ ਤੁਸੀਂ ਹੁਣ ਤੱਕ ਕਿੰਨੇ ਰੈਕੋਰਡ ਬਣਾਏ ਨੇ ਤਾਂ ਕਿਹੜਾ ਕਿਹੜਾ ਰੈਕੋਰਡ ਬਣਾਇਆ ਅਤੇ ਕਦੋਂ ਤੋਂ ਤੁਸੀਂ ਇਸ ਰੈਕੋਰਡ ਇਹ ਤੁਹਾਡੀ ਲੜੀ ਜਿਹੜੀ ਸਟਾਰਟ ਹੋਈ ਆ ਤਕਰੀਬਨ ਸਨ 2012 ਤੋਂ ਬਾਅਦ ਨੈਸ਼ਨਲ ਅਤੇ ਵਰਲਡ ਰੈਕੋਰਡਸ ਬਣਨੇ ਸ਼ੁਰੂ ਹੋ ਗਏ ਜੀ ਜੀ ਜਿਹਦੇ ਵਿੱਚ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਐਵਰੈਸਟ ਵਰਲਡ ਰਿਕਾਰਡ ਜਿਹੜਾ ਹੈਗਾ ਨੇਪਾਲ ਦਾ ਹੈ ਸਿੰਗਾਪੁਰ ਦੀ ਬੁੱਕ ਹੈ ਉਸ ਤੋਂ ਇਲਾਵਾ ਕਾਫੀ ਸਾਰੇ ਨੈਸ਼ਨਲ ਅਤੇ ਵਰਲਡ ਰੈਕੋਰਡਸ ਹੈਗੇ ਬੁੱਕਸ ਉਹਨਾਂ ਦੇ ਵਿੱਚ ਨਾਮ ਦਰਜ ਨੇ ਅਤੇ 16 ਵਰਲਡ ਰੈਕੋਰਡਸ ਅਤੇ 7 ਨੈਸ਼ਨਲ ਰਿਕਾਰਡ ਜਿਹੜੇ ਆਪਣੇ ਦਰਜ ਹੈ ਜਿਹਦੇ ਵਿੱਚ ਕਿ ਧਾਰਮਿਕ ਸਥਾਨਾਂ ਦੇ ਵੀ ਜਿਹੜੇ ਮਾਡਲ ਦਰਜ ਨੇ ਇਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਜੀ ਜੀ ਸੋ ਵਾਕਈ ਜੀ ਇਹ ਬਹੁਤ ਮਾਣ ਵਾਲੀ ਗੱਲ ਆ ਅਤੇ ਹੋਰ ਕੁਛ ਸੰਗਤਾਂ ਨੂੰ ਦੱਸਣਾ ਅਗਰ ਸਿੱਖ ਸੰਗਤਾਂ ਜਾਂ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਾਸ ਦਾ ਪ੍ਰੋਗਰਾਮ ਦੇਖ ਰਹੇ ਨੇ ਅਗਰ ਪੇਪਰ ਆਰਟ ਨਾਲ ਜਾਣੂ ਹੋਣਾ ਚਾਹੁੰਦੇ ਨੇ ਕਿ ਹੋਰ ਵੀ ਵਰਕ ਆਪਣਾ ਪੇਪਰ ਆਰਟ ਦੇਖਣਾ ਚਾਹੁਣ ਤਾਂ ਗੂਗਲ ਦੇ ਵਿੱਚ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਟਾਈਪ ਕਰਕੇ ਦੇਖ ਸਕਦੇ ਹੋ ਜਾਂ ਮੇਰਾ ਪੇਜ ਵੀ ਹੈ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਮ ਤੋਂ ਉੱਥੇ ਵੀ ਜਾ ਕੇ ਤੁਸੀਂ ਪੇਪਰ ਆਰਟ ਨਾਲ ਸੰਬੰਧਿਤ ਜਿਹੜੇ ਵੀ ਮਾਡਲ ਨੇ ਆਪਣੇ ਬਣੇ ਹੋਏ ਦੇਖ ਸਕਦੇ ਹੋ ਜੀ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਸੋ ਮੈਂ ਸਿੱਖ ਚੈਨਲ ਦੀ ਪੂਰੀ ਟੀਮ ਅਤੇ ਸਿੱਖ ਸੰਗਤਾਂ ਨੂੰ ਵੀ ਇਹੀ ਥੋੜ੍ਹਾ ਜਿਹਾ ਮੈਂ ਕਹਿਣਾ ਚਾਹੂੰਗਾ ਕਿ ਜੇਕਰ ਅਸੀਂ ਕਈ ਵਾਰ ਸਾਡੇ ਮਨਾਂ 'ਚ ਹੁੰਦਾ ਕਿ ਅਸੀਂ ਸਿੱਖੀ ਵਿੱਚ ਰਹਿ ਕੇ ਆਪਣੇ ਸ਼ੌਂਕ ਨਹੀਂ ਪੂਰੇ ਕਰ ਸਕੇ ਜਾਂ ਆਪਾਂ ਸਿੱਖੀ ਵਿੱਚ ਰਹਿ ਕੇ ਅੱਗੇ ਨਹੀਂ ਵੱਧ ਸਕਦੇ ਕਈਆਂ ਦੇ ਮਨਾਂ ਦੇ ਵਿੱਚ ਇਹ ਵਹਿਮ ਬਹੁਤ ਵੱਡਾ ਵਹਿਮ ਆ ਅਤੇ ਸਾਡੇ ਕੋਲੋਂ ਜਿੰਦੀ ਜਾਗਦੀ ਐਗਜ਼ਾਮਪਲ ਸਾਡੇ ਨਾਲ ਮੇਰਾ ਵੀ ਗੁਰਪ੍ਰੀਤ ਸਿੰਘ ਬੈਠੇ ਨੇ ਕਿ ਪੂਰੇ ਸਿੱਖੀ ਸਰੂਪ ਦੇ ਵਿੱਚ ਮਨੋ ਅਤੇ ਧਨੋ ਅਤੇ ਆਪਣਾ ਕਹਿ ਸਕਦੇ ਤਨੋ ਮਨੋ ਤੁਹਾਨੂੰ ਪੂਰਾ ਸਿੱਖੀ ਦੇ ਨਾਲ ਸਮਰਪਿਤ ਨੇ ਅਤੇ ਵਾਕਿਆ ਹੀ ਜੀ ਅਜਿਹੀਆਂ ਐਗਜ਼ਾਮਪਲਾਂ ਅਜਿਹੀਆਂ ਉਦਾਹਰਨਾਂ ਸਾਡੇ ਕੋਲ ਜੇ ਇੱਦਾਂ ਦੀਆਂ ਹੋਣ ਅਤੇ ਕੋਈ ਉਹ ਸਮਾਂ ਦੂਰ ਨਹੀਂ ਕਿ ਜਦੋਂ ਸਾਡੇ ਬੱਚੇ ਵੀ ਸਿੱਖੀ ਦੇ ਵਿੱਚ ਪੂਰੇ ਪਰਪੱਕ ਹੋਣਗੇ ਸੋ ਮੈਂ ਸ਼ੋਅ ਦੇ ਅਖੀਰ ਦੇ ਵਿੱਚ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਅਤੇ ਆਪ ਜੀ ਦੇ ਮਾਤਾ ਪਿਤਾ ਦਾ ਦਿਲੋਂ ਧੰਨਵਾਦ ਕਰਦਾ ਸਿੱਖ ਚੈਨਲ ਦੀ ਪੂਰੀ ਟੀਮ ਵੱਲੋਂ ਜਿਨ੍ਹਾਂ ਨੇ ਸਾਡੇ ਕੋਲ ਅਜਿਹੀ ਸ਼ਖਸੀਅਤ ਉਹਨਾਂ ਦੇ ਜ਼ਰੀਏ ਸਾਡੇ ਕੋਲ ਅੱਜ ਇਹ ਆਏ ਨੇ ਸੋ ਮੈਂ ਸਿੱਖ ਚੈਨਲ ਦੀ ਪੂਰੀ ਟੀਮ ਵੱਲੋਂ ਆਪ ਜੀ ਦਾ ਆਉਣ ਵਾਸਤੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਆਉਣ ਵਾਸਤੇ ਆਪ ਜੀ ਦਾ ਧੰਨਵਾਦ ਕਰਦਾ ਸੋ ਸ਼ੋਅ ਦੇ ਅਖੀਰ ਦੇ ਵਿੱਚ ਜੇ ਬੋਲਦੇ ਹਾਂ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੋ ਅੱਗੇ ਵਾਸਤੇ ਅਸੀਂ ਇਹੀ ਜਿਹੀ ਅਜਿਹੀਆਂ ਹੋਰ ਕੋਸ਼ਿਸ਼ਾਂ ਕਰਦੇ ਰਹਾਂਗੇ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਅਜਿਹਾ ਆਰਟਿਸਟ ਜਾਂ ਕੋਈ ਵੀ ਅਜਿਹਾ ਸ਼ਖਸੀਅਤ ਆ